वाहे गुरु साहेब जी, जब लो नहीं भाग लीलार उदय, तब लो भ्रमते फिरते बहुतायो। काल कोर समुद्र में बूडत थे, कबहू मिट है नहीं रे पछुतायो। तत विचार यह मथुरा, जग तारन को अवतार बनायो। जपयो जिन अर्जुन देव गुरु, फिर संकट जोन गर्भ न आयो। श्री अर्जन अर्जन सुनत, अर्जन जास विस्तार। बानी अर्जन बान जिन, बंदन पाद सिर तार। गुर करनी कीरत अदक, बरनी मूल न जाहे। धन गुरु अर्जन हरी, वसो हृदय मम चाहे। गौर करनी कीरत अदक, बरनी मूल न जाहे। धन गुरु अर्जन हरी, वसो हृदय मम चाहे। वाहिगुरु जी का खालसा, वाहिगुरु जी की फतेह। परम सन्मान योग सतगुरां दी साजी नवाजी, गुरु रूप गुरु खालसा गुरसंगत जीओ। धन सतगुरु साहिब श्री गुरु अर्जन देव महाराज जी दे पावन शहीदी दिहाड़े नू समर्पित जो पावन विचार है, उस नू आप गुरसिख संगतां दे नाल पाउण दा एक नाचीज जो कोशिश वो कीती जा रही है, जिस दे अंदर जो पावन शहीद शब्द है, इस तो की भाव हुंदा है, और सूत्र रूप दे अंदर साहिब श्री गुरु अर्जन देव महाराज जी दा जो पावन लासानी इतिहास है, उस दे उपर आपां जो नज़र है उस नू मारन दा जतन करना है। सो सब तो पहला विचार है कि जेड़ा शहीद शब्द जो बड़ा एक आपदे आपदे विच बहुत महानता बहुत वडियाई रखता है, इस दा असल दे विच की भाव है। ये जेड़ा शहीद शब्द है, ये अरबी भाषा दा शब्द है। ये अज तो और गुरमत दे अंदर जिथे इस शब्द नू शहीद शहादत आदिक शब्दां दे नाल निवाजिया जांदा है, उत्थे नाल नाल ही ये जेड़ा शहीदी अरबी भाषा दा शब्द होण करके जेड़े पुरातन धर्म हन जिन्हां दे विचों यहूदी जेड़ा एक पुरातन धर्म है, उस दे अंदर ये सब तो पहला ये जेड़ा शब्द वरतिया जांदा सी। ते अरबी भाषा दे शब्द दे अंदर कोश दे अनुसार
ਇਸ ਸ਼ਹੀਦ ਸ਼ਬਦ ਦਾ ਅਰਥ ਹੈ ਗਵਾਹੀ ਦੇਣਾ। ਕਹਿਣ ਤੋਂ ਭਾਵ ਇਹ ਹੈ ਕਿ ਸ਼ਹੀਦ ਇੱਕ ਉਹ ਲਫ਼ਜ਼ ਹੈ ਜਿਸ ਦਾ ਜੇ ਅਸੀਂ ਭਾਵ ਅਰਥ ਸਮਝਣਾ ਹੋਵੇ ਤੇ ਐਸਾ ਇੱਕ ਮਨੁੱਖ ਜਿਸ ਦਾ ਸਿੱਧਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਹੈ ਤੇ ਇਸ ਪ੍ਰੇਮ ਨੂੰ ਨਿਭਾਉਣ ਦੀ ਖਾਤਰ ਉਹ ਆਪਣੇ ਖੂਨ ਦਾ ਕਤਰਾ ਕਤਰਾ ਡੋਲ ਸਕਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਸ਼ਹੀਦ। ਇਸ ਸ਼ਹੀਦ ਦੇ ਮਾਇਨੇ ਜਿਹੜੀ ਕੁਰਾਨ ਸ਼ਰੀਫ ਜੋ ਮੁਸਲਮਾਨੀ ਮਤ ਦੇ ਅੰਦਰ ਗ੍ਰੰਥ ਹੈ, ਇਸ ਦੇ ਅੰਦਰ ਸ਼ਾਹਿਦ ਆਇਆ ਹੈ। ਇਸ ਸ਼ਹੀਦ ਸ਼ਬਦ ਦਾ ਅਰਥ ਸ਼ਾਹਿਦ, ਜਿਸ ਦਾ ਅਰਥ ਹੁੰਦਾ ਕਿ ਰੱਬ ਦੇ ਜਿਹੜੇ ਤੁਹਾਡੇ ਕਰਮ ਨੇ ਉਹਨਾਂ ਨੂੰ ਸ਼ਾਹਿਦ ਭਾਵ ਉਹਨਾਂ ਦੇ ਵਿੱਚ ਗਵਾਹੀ ਦੇਣੀ, ਕਿ ਜਿਹੜਾ ਵਾਹਿਗੁਰੂ ਹੈ ਤੁਹਾਡੇ ਕੀਤੇ ਹੋਏ ਜਿਹੜੇ ਲਾਸਾਨੀ ਕਰਮ ਨੇ ਤੁਹਾਡੀ ਸ਼ਹਾਦਤ ਹੈ, ਉਸ ਦੇ ਅੰਦਰ ਉਹ ਇੱਕ ਜਾਨੀ ਕਿ ਗਵਾਹੀ ਦੇਣ ਦਾ ਕੰਮ ਕਰਦਾ ਹੈ। ਸੋ ਇਸ ਤੋਂ ਭਾਵ ਗੁਰਮਤਿ ਦੇ ਅੰਦਰ ਇਸ ਸ਼ਹੀਦ ਸ਼ਬਦ ਦੀ ਬੜੀ ਵੱਡੀ ਮਹਾਨਤਾ ਹੈ। ਅਤੇ ਇੱਥੇ ਨਾਲ ਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ, ਇਸ ਸ਼ਬਦ ਨੂੰ ਕਹਿਣ ਦੇ ਪਿੱਛੇ ਇਹੀ ਕਾਰਨ ਸੀ ਕਿ ਗੁਰਸਿੱਖੀ ਦੇ ਅੰਦਰ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਨੇ ਉਹ ਸਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਜਿਹੜੀ ਸ਼ਹੀਦੀ ਹੈ ਇਹ ਅੱਗੇ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸ਼ਾਂਤਮਈ ਸ਼ਹੀਦੀ ਔਰ ਇੱਕ ਹੁੰਦੀ ਹੈ ਜਿਹੜੀ ਜੰਗ ਯੁੱਧ ਲੜ ਕੇ ਸ਼ਹਾਦਤ ਪ੍ਰਾਪਤ ਕਰਨੀ, ਜਿੱਦਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਾਂ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ, ਜਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਹੈ ਉਹ ਹੈ ਸ਼ਾਂਤਮਈ ਸ਼ਹੀਦੀ। ਅਤੇ ਉਸ ਤੋਂ ਬਾਅਦ ਜਿਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਹੋਰ ਜਿਹੜੇ ਬੇਅੰਤ ਗੁਰਸਿੱਖ ਸੂਰਮੇ ਹੋਏ ਨੇ ਉਹਨਾਂ ਦੀ ਜਿਹੜੀ ਸ਼ਹੀਦੀ ਹੈ, ਉਸ ਨੂੰ ਜਿਹੜੀ ਜੰਗ ਯੁੱਧ ਦੇ ਵਿੱਚ ਜੂਝ ਕੇ ਮਰਨ ਵਾਲੀ ਸ਼ਹੀਦੀ ਆਖਿਆ ਜਾਂਦਾ ਹੈ। ਸੋ ਇਹ ਸਨ ਕੁਝ ਸ਼ਹੀਦ ਸ਼ਬਦ ਦੇ ਅਰਥ। ਅਤੇ ਜਿਹੜਾ ਸ਼ਹੀਦ ਮਨੁੱਖ ਹੁੰਦਾ ਹੈ ਇਸ ਦੇ ਅੰਦਰ ਕਦੇ ਵੀ ਇਸ ਨੂੰ ਮੌਤ ਦੇ ਡਰ ਤੋਂ ਇਹ ਕਾਇਰ ਨਹੀਂ ਹੁੰਦਾ, ਭਾਵ ਇਸ ਦੇ ਅੰਦਰ ਕਿਸੇ ਵੀ ਪ੍ਰਕਾਰ ਕਰਕੇ ਜਿਹੜੀ ਕਾਇਰਤਾ ਵਾਲਾ ਗੁਣ ਉਹ ਨਹੀਂ ਹੁੰਦਾ। ਇਹ ਕੋਈ ਬੁਜ਼ਦਿਲੀ ਮੌਤ ਜਾਂ ਆਪਣੇ ਆਪ ਤੋਂ ਦੁੱਖ ਝੋਰੇ ਤਕਲੀਫਾਂ ਨੂੰ ਸਾਹਮਣੇ ਰੱਖ ਕਰਕੇ ਨਹੀਂ ਇਹ ਮੌਤ ਆਉਂਦੀ, ਇਹ ਇੱਕ ਐਸੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਜਿਵੇਂ ਪਾਵਨ ਬਾਣੀ ਦੇ ਅੰਦਰ ਵੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਿ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਰ। ਇਸ ਪ੍ਰਕਾਰ ਪਾਵਨ ਗੁਰਬਾਣੀ ਦੇ ਅੰਦਰ ਜਿਹੜਾ ਸ਼ਹੀਦ ਸ਼ਬਦ ਹੈ ਇਹ ਵੀ ਦੋ ਰੂਪਾਂ ਦੇ ਵਿੱਚ ਆਇਆ ਹੈ, ਭਾਵ ਕਿ ਗੁਰਬਾਣੀ ਦੇ ਅੰਦਰ ਇਹ ਲਗਭਗ ਦੋ ਵਾਰ ਇਹ ਸ਼ਬਦ ਆਇਆ ਹੈ, ਜਿਸ ਦੇ ਅੰਦਰ ਪਹਿਲੀ ਪੰਕਤੀ ਦੇ ਅੰਦਰ ਇਸ ਪ੍ਰਕਾਰ ਆਉਂਦਾ ਕਿ ਪੀਰ ਪੈ ਕਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ, ਅਤੇ ਜਾਂ ਫਿਰ ਦੂਸਰਾ ਰਾਗ ਮਲਾਰ ਦੇ ਅੰਦਰ ਵੀ ਇਹ ਪਾਵਨ ਬਚਨ ਆਉਂਦੇ ਨੇ ਕਿ ਜਾ ਕੈ ਈਦ ਬਕਰੀਦ ਕੁਲ ਗਊ ਰੇ ਬੱਧ ਕਰ ਹੈ ਮਾਨੀਅਹ ਸੇਖ ਸ਼ਹੀਦ ਪੀਰਾ। ਸੋ ਇਸ ਪ੍ਰਕਾਰ ਜਿਹੜੇ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ ਉਹਨਾਂ ਦੀ ਪਾਵਨ ਬਾਣੀ ਦੇ ਅੰਦਰ ਵੀ ਇਹ ਸ਼ਬਦ ਵਰਤੇ ਗਏ ਨੇ ਕਿ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਜਾਂ ਇੱਕ ਹੋਰ ਜਗ੍ਹਾ ਵੀ ਇਹ ਬਚਨ ਆਉਂਦੇ ਨੇ ਸੁਹਦੇ ਲੱਖ ਸ਼ਹੀਦ ਹੋਏ ਲੱਖ ਅਬਦਾਲ ਮਲੰਗ ਮਿਲਾਣੇ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਵੀ ਬੇਅੰਤ ਵਾਰ ਇਹ ਜਿਹੜੇ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ ਹੈ। ਸੋ ਇਸ ਪ੍ਰਕਾਰ ਜਿਹੜੇ ਪੁਰਾਤਨ ਧਰਮ ਗ੍ਰੰਥ ਹਨ ਜਾਂ ਪੁਰਾਤਨ ਧਰਮ ਹਨ, ਭਾਵੇਂ ਕਿ ਉਹਨਾਂ ਦੇ ਅੰਦਰ ਵੀ ਸ਼ਹੀਦ ਸ਼ਬਦ ਵਰਤਿਆ ਗਿਆ ਹੈ ਅਤੇ ਉਹਨਾਂ ਦੇ ਧਰਮਾਂ ਦੇ ਅੰਦਰ ਵੀ ਸ਼ਹੀਦੀਆਂ ਹੋਈਆਂ ਨੇ, ਪਰ ਜਿਹੜਾ ਰੂਪ ਇਸ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਾਂ ਦੂਸਰੇ ਸ਼ਬਦਾਂ ਵਿੱਚ ਕਹਿ ਲਓ ਕਿ ਜਿਹੜਾ ਰੂਪ ਇਸ ਗੁਰਸਿੱਖੀ ਦੇ ਅੰਦਰ ਸ਼ਹੀਦੀ ਨੂੰ ਦਿੱਤਾ ਗਿਆ ਹੈ, ਉਹ ਇੱਕ ਆਪਦੇ ਆਪ ਦੇ ਵਿੱਚ ਲਾਸਾਨੀ ਹੈ, ਕਿਉਂਕਿ ਜਿਹੜੀ ਸ਼ਹੀਦੀ ਹੈ ਉਹ ਆਮ ਕਰਕੇ ਜਿਹੜੀ ਮਨੁੱਖ ਦੀ ਮੌਤ ਹੈ, ਪਰ ਇਸ ਦੇ ਅੰਦਰ ਜਿਹੜੇ ਤਿੰਨ ਕਾਰਨ ਹਨ
ਕਿਸੇ ਵੀ ਮੌਤ ਦਾ ਕਾਰਨ ਜਾਂ ਕਿਸੇ ਵੀ ਜੰਗ ਦਾ ਕਾਰਨ ਇਹ ਬਣਿਆ ਕਰਦਾ ਸੀ, ਜਲ ਜੋਰੂ ਔਰ ਜ਼ਮੀਨ, ਕਿ ਇੱਕ ਤਾਂ ਜਿਹੜਾ ਪੈਸਾ ਹੈ ਜਾਂ ਫਿਰ ਜਿਹੜੀ ਜੋਰੂ ਇਸਤਰੀ ਹੈ, ਅਤੇ ਜਾਂ ਫਿਰ ਤੀਸਰਾ ਕਾਰਨ ਬਣਦਾ ਸੀ ਜ਼ਮੀਨ। ਪਰ ਇੱਥੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਂ ਫਿਰ ਗੁਰਸਿੱਖੀ ਦੇ ਅੰਦਰ ਇਸ ਪ੍ਰਕਾਰ ਦੀਆਂ ਸ਼ਹਾਦਤਾਂ ਨਹੀਂ ਹੋਈਆਂ, ਇਹ ਕਾਰਨ ਨਹੀਂ ਬਣੇ ਸਨ। ਇੱਥੇ ਤਾਂ ਇੱਕੋ ਇੱਕ ਸੀ ਕਿ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਜਿਹੜੀ ਆਪਣਾ ਆਪਾ ਕੁਰਬਾਨ ਕਰ ਦੇਣਾ, ਉਸ ਵਾਹਿਗੁਰੂ ਜੀ ਦੇ ਨਾਲ ਕੀਤੇ ਹੋਏ ਕੌਲ ਕਰਾਰਾਂ ਨੂੰ ਪੁਗਾ ਦੇਣਾ। ਸੋ ਇਸੇ ਪ੍ਰਕਾਰ ਹੀ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜ੍ਹ ਕੇ ਵੇਖਦੇ ਹਾਂ, ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹਨ, ਉਹਨਾਂ ਦਾ ਜਿਹੜਾ ਪਾਵਨ ਇਤਿਹਾਸ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ। ਸੋ ਉਸ ਦੀ ਹੀ ਜੋ ਅੱਜ ਸੂਤਰ ਰੂਪ ਦੇ ਅੰਦਰ ਵਿਚਾਰ ਹੈ, ਉਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ, ਜਿਸ ਤੋਂ ਸਾਨੂੰ ਸੇਧ ਮਿਲ ਸਕੇ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਤਾਂ ਕਿਸ ਪ੍ਰਕਾਰ ਇਤਿਹਾਸ ਨੂੰ ਅੰਕਿਤ ਕੀਤਾ ਹੈ, ਔਰ ਨਾਲ ਹੀ ਕਿਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਸੂਤਰ ਰੂਪ ਭਾਵ ਥੋੜ੍ਹੇ ਸ਼ਬਦਾਂ ਦੇ ਵਿੱਚ ਜਿਹੜਾ ਜੀਵਨ ਹੈ, ਉਸ ਨੂੰ ਆਪਾਂ ਵਿਚਾਰ ਕੇ ਪੜ੍ਹ ਸੁਣ ਕਰਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਸਫਲਾ ਕਰ ਸਕਦੇ ਹਾਂ। ਸੋ ਜਿਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ, ਉਹਨਾਂ ਨੂੰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਤਜ ਸਰੀਰ ਬੈਕੁੰਠ ਪਧਾਰੇ। ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਨੇ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਹੜੇ ਆਪ ਜੀ ਦੇ ਸੰਸਾਰੀ ਰਿਸ਼ਤੇ ਦੇ ਵਿੱਚ ਪਿਤਾ ਜੀ ਲੱਗਦੇ ਸਨ, ਉਹ ਜਦੋਂ ਇਸ ਸੰਸਾਰ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਜਦੋਂ ਪਰਮੇਸ਼ਰ ਵਾਹਿਗੁਰੂ ਨੂੰ ਜੋ ਹੁਕਮ ਦੇ ਅਨੁਸਾਰ ਆਪਣਾ ਪੰਜ ਭੌਤਿਕ ਸਰੀਰ ਜਦੋਂ ਤਿਆਗ ਕੇ ਇਸ ਸੰਸਾਰ ਤੋਂ ਚਲਾਇਮਾਨ ਹੋਏ, ਜਿਸ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦਸਮ ਬਾਣੀ ਦੇ ਅੰਦਰ ਇਸ ਪ੍ਰਕਾਰ ਬਚਨ ਲਿਖੇ ਨੇ ਕਿ ਰਾਮਦਾਸ ਹਰ ਸੋ ਮਿਲ ਗਏ ਗੁਰਤਾ ਦੇਤ ਅਰਜਨਹਿ ਭਏ, ਕਿ ਜਦੋਂ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ, ਤੇ ਉਸ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਪਾਵਨ ਗੁਰਗੱਦੀ ਹੈ ਉਸ ਦੇ ਉੱਪਰ ਸੁਭਾਈਮਾਨ ਕੀਤਾ ਗਿਆ। ਸੋ ਇਸੇ ਪ੍ਰਕਾਰ ਹੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਤਜ ਸਰੀਰ ਬੈਕੁੰਠ ਪਧਾਰੇ, ਸ਼੍ਰੀ ਅਰਜਨ ਜੀ ਤਖਤ ਬਿਠਾਰੇ। ਉਸ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਪਾਵਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਗੱਦੀ ਦਾ ਜੋ ਤਖਤ ਹੈ ਉਸ ਦੇ ਉੱਪਰ ਸੁਭਾਈਮਾਨ ਕੀਤਾ ਗਿਆ। ਪੁੰਨ ਸੋਢਨ ਕੁਲ ਮਹਿ ਗੁਰਿਆਈ। ਸੋ ਇਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਲੈ ਕੇ ਅੱਗੇ ਜਿਹੜੀਆਂ ਜਿੰਨੀਆਂ ਵੀ ਪਾਤਸ਼ਾਹੀਆਂ ਸਨ ਉਹਨਾਂ ਦੇ ਵਿੱਚ ਫਿਰ ਜਿਹੜੀ ਸੋਢੀ ਕੁਲ ਹੈ, ਸੋਢ ਵੰਸ਼, ਭਾਵ ਕਿ ਇਸ ਦੇ ਵਿੱਚ ਜਿਹੜੀ ਸੋਢ ਵੰਸ਼ ਹੈ ਉਹੀ ਅੱਗੇ ਅਖੀਰ ਤੱਕ ਹੋਤ ਪਈ ਗੁਰਦਸਵੇਂ ਤਾਈਂ, ਜਿਹੜੀ ਦਸਵੇਂ ਪਾਤਸ਼ਾਹ ਤੱਕ ਜਿਹੜੀ ਸੋਢ ਵੰਸ਼ ਹੈ ਉਹੀ ਗੁਰਗੱਦੀ ਦੇ ਉੱਪਰ ਬੈਠਦੀ ਰਹੀ। ਪੰਚਮ ਪਾਤਸ਼ਾਹ ਜਬ ਭਏ। ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਨੇ ਕਿ ਜਦੋਂ ਗੁਰਗੱਦੀ ਦੇ ਉੱਪਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਭਾਈਮਾਨ ਹੋਏ, ਤਾਲ ਸੁਧਾ ਸਰ ਤਬ ਨਿਰਮਏ, ਉਸ ਵੇਲੇ ਉਹਨਾਂ ਨੇ ਆਪਣੇ ਸਮੇਂ ਦੇ ਅੰਦਰ ਜਿਹੜਾ ਸੁਧਾ ਸਰ ਸਰੋਵਰ ਹੈ, ਭਾਵ ਜੋ ਅੰਮ੍ਰਿਤ ਸਰੋਵਰ ਹੈ, ਜਿਸ ਨੂੰ ਪਾਵਨ ਗੁਰਬਾਣੀ ਦੇ ਅੰਦਰ ਇਸ ਪ੍ਰਕਾਰ ਬਚਨ ਆਉਂਦੇ ਨੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਜਿਹੜਾ ਇਹ ਪਾਵਨ ਜੋ ਸਰੋਵਰ ਹੈ ਉਸ ਦੀ ਉਸਾਰੀ ਕੀਤੀ, ਬੀੜ ਗ੍ਰੰਥ ਸਾਹਿਬ ਕੀ ਹੋਈ, ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਪਾਵਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਬੀੜ ਹੈ ਉਸ ਨੂੰ ਵੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾ ਕਰਕੇ, ਔਰ ਜਿਸ ਦੇ ਅੰਦਰ ਸਿਰਫ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ ਸੀ, ਉਸ ਤੋਂ ਬਾਅਦ ਜਿੰਨੇ ਵੀ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ, ਭਗਤ ਸਾਹਿਬਾਨਾਂ ਦੀ ਜੋ ਬਾਣੀ ਸੀ, ਔਰ ਜਿਹੜੇ ਭੱਟਾਂ ਦੇ ਸਵਈਏ ਸਨ ਉਹਨਾਂ ਦੀ ਜਿਤਨੀ ਬਾਣੀ ਹੈ,
जिस जिस प्रकार भगता ने आण के बेनती कीती कि साडी भी पावन गुरबाणी इस ग्रंथ दे अंदर आप जी अंकित करो, क्योंकि साहिब श्री गुरु अर्जन देव महाराज जी दी हजूरी दे अंदर एक बार गुरसिख कीर्तन कर रहे सन तां पता लगा कि जो शब्द पढ़ रहे हन इह तां आदि महाराज दे अंदर किते भी नहीं, भाव इह किसे भी गुरु साहिबान दी बाणी नहीं। जदों अगे खोज पड़ताल कीती ते पता लगा कि मीणिया भी एक ग्रंथ बनाया, भोग गुरु नानक जी का ही पाया, कि वह भी मीणे की करते सन कि बाणी लिख करके ते अखीर दे विच गुरु नानक साहिब महाराज का नाम लिख देंदे सन कि ये उन्हां दी बाणी है। सो इस डर तो कि अगे गुरसिखां दे अंदर जिहड़ी कच्ची बाणी है वह ना प्रचलित हो जाए, इस लई धन गुरु साहिब श्री गुरु अर्जन देव महाराज जी ने बड़ी परउपकारता करके जो पावन बीड़ है उस नूं रचना कीता, जिस पाठ कै गत लहै सब कोई, जिस नूं पढ़ के सुन के जिहड़ी कल्याण है उस नूं सब कोई, भाव जिहड़ा भी श्रद्धा भावना करके पढ़ेगा सुनेगा विचारेगा उस दी कल्याण होवेगी। गंगा नाम भार जा ब्याही। साहिब श्री गुरु अर्जन देव महाराज जी दे नाल जो माता गंगा जी जिन्हां दी बाबत पावन इतिहास दे अंदर बचन आउंदे ने कि आप जी दा जिहड़ा पिंड नगर सी ओह सी माऊ, ते आप जी दे जो पिता जी दा नाम जो कृष्ण चंद सी और माता जी दा नाम धनवंती। इस प्रकार साहिब श्री गुरु अर्जन देव महाराज जी दे नाल माता गंगा जी दी जो शादी है जो महल माता गंगा जी होए, साध्वी के गुण सब जिस माही, जिन्हां दे अंदर जेडे साध्वी पतिव्रता वाले जेडे गुण सन, भाव जत सत दे अंदर कायम और अपने पति नूं परमेश्वर रूप मनन वाले ऐसे माता गंगा जी होए, नंदन उपजियो एक कुल चंद, जिन्हां दे घर दे अंदर जिन्हां दी कुख दे विचों जो अपनी सोड वंश कुल है उस दे विच जेड़ा एक पुत्र पैदा होना होया, जेड़ा चंद एक चंद्रमा दे वांग जो प्रकाशवान सन, साहिब श्री गुरु हरगोबिंद साहिब महाराज जी बड़ धन तर श्री हरगोबिंद जिन्हां दा नाम सी धन साहिब श्री गुरु हरगोबिंद साहिब जी, ते भाई संतोख सिंह जी लिखते ने कि बड़ धन तर आप जी बड़े धनुखधारी सन, बड़े योधे सूरमे सन, धीर धर्म ध्वज श्री गुरु अर्जन साहिब श्री गुरु अर्जन देव महाराज जी की महिमा करते हुए भाई संतोख सिंह जी बचन लिखते ने कि आप जी जेडे धीरजता और धर्म दे एक ध्वज निशान रूप हन, भाव आप जी बड़े धीरजधारी और धर्म दे जेडे निशान रूप होए, विस्तीर्ण जित कित जस अर्जुन, और आप जी दा जेड़ा संसार दे अंदर जेड़ा उज्जल जेड़ा वडियाई है जेड़ा कीर्ति है जेड़ा जस है वो संसार दे विच फैलना कीता, जग करतब करे शुभ भारे, और आप जी ने संसार दे विच विचरदिया होया बेअंत जेड़े कार्ज हन बड़े जेड़े गुरसिखां दा भला करना, बीड़ तैयार करनी और जेड़े तरन तारण साहिब और इस तो आदिक कौलसर आदिक जितने भी ये सरोवर हन इन्हां दी उसारी करना कीती, भगत बिथार अनक जन तारे, ते आप जी ने भगती दा फैला करके गुरसिखां नूं उपदेश दे करके जेड़े सिख सेवक सन उन्हां नूं इस परलोक तों पार उतार कर देना कीता। बिनसत चतुर बरख नव मास। भाई संतोख सिंह जी लिखते हन कि आप जी गुरगद्दी उपर किन्ना कु समा बैठे, ते बिनसत चतुर बरख नव मास आप जी 24 साल 9 महीने 1 दिन उपर श्री सुखरास। इस प्रकार 24 साल 9 महीने ते 1 दिन उपर जिहड़े सुखां दी राशि सुखां दी खान साहिब श्री गुरु अर्जन देव महाराज जी बैठे। कई इतिहासकारां दी विचार है कि इत्थे 1 दिन दी जगह 2 दिन भाव 28 साल 9 महीने ते 2 दिन आप जी गुरगद्दी दे उपर बैठे। जिस प्रकार
ਸਿੱਖ ਪੰਥ ਦੀ ਮਹਾਨ ਹਸਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ। ਉਹਨਾਂ ਨੇ ਜੋ ਸ਼੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਲਿਖਿਆ ਹੈ, ਉਸ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ 24 ਬਰਸ 9 ਮਾਹ ਲੋ 2 ਦਿਨ ਗੁਰਤਾ ਆਹ, ਕਿ ਆਪ ਜੀ 24 ਸਾਲ 9 ਮਹੀਨੇ ਅਤੇ 2 ਦਿਨ ਜਿਹੜੀ ਗੁਰਗੱਦੀ ਹੈ ਉਸ ਦੇ ਉੱਪਰ ਸੁਭਾਏ ਮਾਣ ਹੋਏ ਸਨ। ਗੁਰਤਾ ਲਹਿ ਸਰੀਰ ਕੋ ਧਾਰਾ, ਇਸ ਪ੍ਰਕਾਰ ਆਪ ਜੀ ਨੇ ਗੁਰਗੱਦੀ ਦਾ ਜੋ ਤਖਤ ਹੈ ਉਸ ਨੂੰ ਪ੍ਰਾਪਤ ਕਰਕੇ ਆਪਣੇ ਸਰੀਰ ਨੂੰ ਕਾਇਮ ਰੱਖਿਆ, ਭਾਵ ਬੇਅੰਤ ਜਿਹੜੇ ਕਾਰਜ ਉਹਨਾਂ ਨੂੰ ਕਰਨਾ ਕੀਤਾ। ਪੁਨਹਿ ਚਾਹੇ ਉਹ ਸੱਚਖੰਡ ਸਿਧਾਰਾ, ਪੁਨਾ ਆਪ ਜੀ ਨੇ ਜਦੋਂ ਮਨ ਦੇ ਅੰਦਰ ਇੱਛਾ ਹੋਈ, ਹਾਲਾਂਕਿ ਸੰਸਾਰੀ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਉਹਨਾਂ ਦੀ ਸ਼ਹੀਦੀ ਹੋਈ, ਉਹਨਾਂ ਨੂੰ ਤਸੀਹੇ ਦਿੱਤੇ ਗਏ, ਪਰ ਇਹ ਜਿਹੜੇ ਸਤਿਗੁਰੂ ਹਨ ਇਹ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੋਣ ਕਰਕੇ ਆਪਣੀ ਮੌਜ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਅਤੇ ਮੌਜ ਦੇ ਵਿੱਚ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਨੇ। ਭਾਵੇਂ ਸੰਸਾਰੀ ਤੌਰ 'ਤੇ ਇਹ ਸਭ ਕੁਝ ਆਪਾਂ ਦੇਖਦੇ ਹਾਂ, ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਨਹਿ ਚਾਹੇ ਉਹ ਸੱਚਖੰਡ ਸਿਧਾਰਾ, ਕਿ ਜਦੋਂ ਆਪਦੇ ਮਨ ਦੀ ਇੱਛਾ ਹੋਈ, ਫੁਰਨਾ ਹੋਇਆ ਕਿ ਹੁਣ ਅਸੀਂ ਸੱਚਖੰਡ ਪਿਆਨ ਕਰ ਜਾਣਾ ਹੈ, ਚਲੇ ਜਾਣਾ ਹੈ। ਸੋ ਇਸ ਦਾ ਜੋ ਪਾਵਨ ਇਤਿਹਾਸ ਹੈ ਉਹ ਕੁਝ ਇਸ ਪ੍ਰਕਾਰ ਹੈ ਕਿ ਜਿਸ ਤਰ੍ਹਾਂ ਆਪ ਜੀ ਦੀ ਜੋ ਪਾਵਨ ਸ਼ਹੀਦੀ ਹੋਈ ਉਸ ਦੀ ਬਾਬਤ ਜਿਹੜੇ ਮੁੱਖ ਰੂਪ ਦੇ ਅੰਦਰ 3 ਕਾਰਨ ਸਨ, ਕਿ ਸਭ ਤੋਂ ਪਹਿਲਾਂ ਇਹੀ ਕਾਰਨ ਸੀ ਕਿ ਜਦੋਂ ਆਪ ਜੀ ਨੇ ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਤਿਆਰ ਕਰ ਦਿੱਤੀ, ਉਸ ਵੇਲੇ ਆਪ ਜੀ ਦਾ ਜੋ ਭਾਰੀ ਜਸ ਸੀ ਉਹ ਸੰਸਾਰ ਦੇ ਵਿੱਚ ਫੈਲਿਆ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਜਹਾਂਗੀਰ ਨੂੰ ਇਸ ਦੀ ਭਿਣਕ ਲੱਗੀ ਅਤੇ ਉੱਧਰ ਨਾਲ ਹੀ ਜਿਹੜਾ ਕਾਨ੍ਹਾ ਭਗਤ ਸੀ ਔਰ ਜਿਹੜੇ 4 ਹੋਰ ਨਾਲ ਜਿਹੜੇ ਛੱਜੂ ਔਰ ਇਸੇ ਪ੍ਰਕਾਰ ਸ਼ਾਹ ਹੁਸੈਨ ਜਾਂ ਪੀਲੂ ਆਦਿਕ ਜਿਹੜੇ ਭਗਤ ਆਏ, ਉਹਨਾਂ ਨੇ ਆਣ ਕੇ ਵੀ ਵਿਚਾਰ ਚਰਚਾ ਕੀਤੀ ਅਤੇ ਉੱਧਰ ਜਦੋਂ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਦੇ ਅੰਦਰ ਬੜੀ ਵੱਡੀ ਭਾਰੀ ਜਿਹੜੀ ਹਿੰਦੂਆਂ ਦੀ ਵੀ ਔਰ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਕੀਤੀ ਗਈ ਹੈ, ਕਿ ਇਸ ਦੇ ਅੰਦਰ ਜੋ ਮੁਹੰਮਦ ਸਾਹਿਬ ਦੀ ਜੋ ਸਿਫਤ ਹੈ, ਉਹਨਾਂ ਦੇ ਕੁਝ ਬਚਨ ਹਨ, ਉਹਨਾਂ ਨੂੰ ਵੀ ਇਸ ਵਿੱਚ ਅੰਕਿਤ ਕੀਤਾ ਜਾਵੇ। ਅਤੇ ਸਤਿਗੁਰਾਂ ਨੇ ਸਰਾਸਰ ਇਸ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਇਸ ਦੇ ਅੰਦਰ ਸਿਰਫ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਵਡਿਆਈ ਦਾ ਜ਼ਿਕਰ ਹੈ, ਇੱਥੇ ਕਿਸੇ ਮਨੁੱਖ ਜਾਂ ਇਸੇ ਪ੍ਰਕਾਰ ਕਿਸੇ ਹੋਰ ਪੀਰ ਪੈਗੰਬਰ ਦੀ ਜੋ ਸਿਫਤ ਨਹੀਂ ਲਿਖੀ ਜਾ ਸਕਦੀ। ਇੱਕ ਤਾਂ ਮੁੱਖ ਕਾਰਨ ਇਹ ਸੀ, ਦੂਸਰਾ ਕਾਰਨ ਸੀ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਜਿਹੜਾ ਚੰਦੂ ਸੀ ਉਸ ਨੇ ਆਪਣੀ ਲੜਕੀ ਜਿਸ ਦਾ ਨਾਮ ਸਦਾ ਕੌਰ ਸੀ, ਉਸ ਦਾ ਰਿਸ਼ਤਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਕਰਨਾ ਚਾਹਿਆ, ਪਰ ਕੀ ਹੋਇਆ ਕਿ ਜਦੋਂ ਇਹ ਰਿਸ਼ਤਾ ਇੱਕ ਦਿਨ ਤੈਅ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਇਸ ਚੰਦੂ ਦੇ ਦੁਆਰਾ ਭੇਜੇ ਹੋਏ ਪੰਡਿਤਾਂ ਨੇ ਜਾ ਕੇ ਚੰਦੂ ਨੂੰ ਦੱਸਿਆ ਕਿ ਅਸੀਂ ਰਿਸ਼ਤਾ ਪੱਕਾ ਕਰਕੇ ਆਏ ਹਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ, ਤਾਂ ਚੰਦੂ ਨੇ ਤਾਨਾ ਮਾਰਦਿਆਂ ਹੋਇਆਂ ਇਹ ਗੱਲ ਆਖੀ ਸੀ ਕਿ ਮੈਂ ਉੱਚੀ ਜਾਤੀ ਦਾ ਹਾਂ, ਜਿਹੜੇ ਗੁਰੂ ਘਰ ਹੈ ਇਹ ਇੱਕ ਨੀਵੀਂ ਜਾਤੀ ਦੇ ਨੇ, ਤੁਸੀਂ ਉਸ ਦੇ ਨਾਲ ਰਿਸ਼ਤਾ ਕਿਉਂ ਕਰਕੇ ਆਏ ਹੋ? ਅਤੇ ਨਾਲ ਇਹ ਆਖ ਦਿੱਤਾ ਕਿ ਅਸੀਂ ਤਾਂ ਇੱਕ ਚੁਬਾਰੇ ਦੇ ਵਾਂਗ ਹਾਂ ਅਤੇ ਜਿਹੜੇ ਗੁਰੂ ਘਰ ਦੀ ਜਿਹੜੀ ਵਡਿਆਈ ਸਿਰਫ ਇੰਨੀ ਕੁ ਹੈ ਕਿ ਉਹ ਇੱਕ ਨੀਂਹ ਦੇ ਵਿੱਚ ਲੱਗਣ ਵਾਲੀ ਇੱਟ ਜਾਂ ਇੱਕ ਜਿਹੜੀ ਮੋਰੀ ਹੁੰਦੀ ਹੈ ਉਸ ਦੇ ਵਿੱਚ ਲੱਗਣ ਵਾਲੀ ਇੱਟ ਹੈ, ਪਰ ਜੇ ਕਹਿੰਦੇ ਤੁਸੀਂ ਘਰ ਆਏ ਹਾਂ ਅਤੇ ਅਸੀਂ ਹੁਣ ਕਰਨਾ ਤਾਂ ਜ਼ਰੂਰ ਹੈ ਕਿਉਂਕਿ ਮੈਂ ਤੁਹਾਨੂੰ ਭੇਜਿਆ ਸੀ, ਪਰ ਮੈਨੂੰ ਇਹ ਕੋਈ ਵੱਡਾ ਬਹੁਤਾ ਲੱਗਾ ਨਹੀਂ ਕਿ ਉਹ ਬਹੁਤੇ ਕੋਈ ਵੱਡੇ ਖਾਨਦਾਨ ਦੇ ਨੇ। ਇਹ ਜਿਹੜੀ ਸਾਰੀ ਗੱਲ ਜਦੋਂ ਚੰਦੂ ਨੇ ਆਖੀ ਅਤੇ ਕੁਝ ਗੁਰਸਿੱਖਾਂ ਨੇ ਦਿੱਲੀ ਦੇ ਵਿੱਚ ਸੁਣ ਕਰਕੇ ਇਹ ਗੱਲ ਜਿਹੜੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚਿੱਠੀ ਰੂਪ ਵਿੱਚ ਲਿਖ ਕੇ ਭੇਜ ਦਿੱਤੀ, ਅਤੇ ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪੜ੍ਹਿਆ ਅਤੇ ਨਾਲ ਗੁਰਸਿੱਖਾਂ ਨੇ ਆਖਿਆ ਸੀ ਕਿ ਇਹ ਜਿਹੜਾ ਰਿਸ਼ਤਾ ਅਸੀਂ ਨਹੀਂ ਲੈਣਾ, ਇਸ ਤੋਂ ਮਨ੍ਹਾ ਕਰ ਦਿੱਤਾ ਜਾਵੇ। ਗੁਰਸਿੱਖਾਂ ਦੀ ਬੇਨਤੀ ਮੰਨ ਕਰਕੇ ਸਤਿਗੁਰਾਂ ਨੇ ਮਨ੍ਹਾ ਕਰ ਦਿੱਤਾ ਸੀ, ਇਸ ਰਿਸ਼ਤੇ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬੜਾ ਗੁੱਸਾ ਚੰਦੂ ਨੂੰ ਆਇਆ ਅਤੇ ਉਹਨੇ ਮਨ ਹੀ ਮਨ ਸੋਚਿਆ ਕਿ ਮੈਂ
साहिब श्री गुरु अर्जन देव महाराज जी नूं शहीद करवा के हटांगा, उन्हूं बड़े उन्हां नूं बड़े तसीहे देहांगा। इस प्रकार दूसरा ये कारण बनिया सी। तीसरा कारण सी जेड़ा खुसरो सी, ਉਹ ਬਗਾਵਤ ਕਰਕੇ ਆਗਰੇ ਤੋਂ ਭੱਜ ਆਇਆ ਸੀ ਅਤੇ ਕਿਸੇ ਨੇ ਝੂਠੀ ਖਬਰ ਦਿੱਤੀ ਜਹਾਂਗੀਰ ਨੂੰ ਕਿ ਜਿਹੜਾ ਖੁਸਰੋ ਬਗਾਵਤ ਬਾਗੀ ਹੋ ਕੇ ਆਗਰੇ ਤੋਂ ਭੱਜ ਕੇ ਆਇਆ ਹੈ, ਉਸ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਾਸ ਪਨਾਹ ਦਿੱਤੀ ਹੈ, ਉਸ ਨੂੰ ਤਿਲਕ ਲਾਇਆ ਹੈ, ਉਸ ਨੂੰ ਆਸ਼ੀਰਵਾਦ ਦਿੱਤਾ ਹੈ। ਇਹ ਜਿਹੜੀ ਝੂਠੀ ਖਬਰਸਾਰ ਸੀ, ਇਹ ਸਾਰੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਜਹਾਂਗੀਰ ਨੂੰ ਕਿਸੇ ਨੇ ਲਾ ਦਿੱਤੀ ਅਤੇ ਤੀਸਰਾ ਕਾਰਨ ਸ਼ਹੀਦੀ ਦਾ ਇਹ ਬਣਿਆ। ਉਸ ਤੋਂ ਬਾਅਦ ਸਮਾਂ ਪਾ ਕੇ ਇਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਵਿਖੇ ਰਾਵੀ ਦੇ ਕਿਨਾਰੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ, ਉਸ ਜਗ੍ਹਾ ਦੇ ਉੱਪਰ ਬੜੇ ਜੋ ਤਸੀਹੇ ਦੇ ਕਰਕੇ, ਜਿਨ੍ਹਾਂ ਦੇ ਵਿੱਚ ਤਸੀਹਿਆਂ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਆਪ ਜੀ ਨੂੰ ਜੋ ਬਲ ਰਹੀ ਤੱਤੀ ਤਵੀ ਹੈ ਉਸ ਦੇ ਉੱਪਰ ਜਿਸ ਦਾ ਬਲ ਬਲ ਕੇ ਥੱਲੋਂ ਅੱਗ ਪੈ ਪੈ ਕੇ ਰੰਗ ਲਾਲ ਹੋਇਆ ਸੀ, ਐਸੀ ਤਵੀ ਦੇ ਉੱਪਰ ਆਪ ਜੀ ਨੂੰ ਬਿਠਾਇਆ ਗਿਆ। ਉਸ ਤੋਂ ਬਾਅਦ ਗਰਮੀ ਦੀ ਰੁੱਤ ਦੇ ਕਾਰਨ ਜੋ ਬਰਫ਼ ਦਾ ਪਾਣੀ ਢਲ ਕੇ ਨਦੀ ਦੇ ਵਿੱਚ ਆਇਆ ਸੀ, ਐਸੇ ਠੰਡੇ ਜਲ ਦੇ ਵਿੱਚ ਆਪ ਜੀ ਨੂੰ ਐਸੇ ਗਰਮ ਸਰੀਰ ਨੂੰ ਜਦੋਂ ਪਾਇਆ ਗਿਆ ਅਤੇ ਜਿਹੜਾ ਸਰੀਰ ਦਾ ਮਾਸ ਸੀ ਉਹ ਕੁਰਬਲ ਕਰ ਉੱਠਿਆ, ਕਿਉਂਕਿ ਇੱਕ ਤਾਂ ਗਰਮ ਸਰੀਰ ਹੋਣ ਕਰਕੇ ਜਦੋਂ ਪਾਣੀ ਦੇ ਵਿੱਚ ਪਾਇਆ ਅਤੇ ਪਾਕ ਵਹਿਣ ਲੱਗ ਪਈ, ਜਿਹੜੇ ਹਰ ਸਰੀਰ ਦੇ ਹਰ ਜਗ੍ਹਾ ਦੇ ਉੱਪਰ ਅੰਗ ਦੇ ਉੱਪਰ ਜਿਹੜੇ ਛਾਲੇ ਸਨ ਉਹ ਪੈਦਾ ਹੋ ਗਏ। ਸੋ ਇਸ ਪ੍ਰਕਾਰ ਕਿਸੇ ਕਵੀ ਨੇ ਇਸ ਬਿਰਤਾਂਤ ਨੂੰ ਆਪਣੇ ਸ਼ਬਦਾਂ ਦੇ ਵਿੱਚ ਵਰਣਨ ਕੀਤਾ ਹੈ ਕਿ ਤਪ ਤਪ ਕੇ ਹੋਈ ਲਾਲ ਤਵੀ ਲੂ ਦੇਵੇ ਜਾਵੇ ਕੋਲ ਕੋਈ ਲਓ ਐਸੀ ਲਾਲ ਤਵੀ ਉੱਤੇ ਬੈਠਾ ਹੈ ਸ਼ਾਂਤ ਅਡੋਲ ਕੋਈ। ਕਹਿੰਦੇ ਐਸੀ ਇਹ ਤੱਤੀ ਤਵੀ ਸੀ ਕਿ ਜੇ ਕੋਈ ਉਸਦੇ ਕੋਲ ਵੀ ਜਾਵੇ ਤਾਂ ਉਸ ਨੂੰ ਵੀ ਸਾੜ ਕੇ ਸਵਾਹ ਕਰ ਦੇਵੇਗੀ। ਧੰਨ ਸਤਿਗੁਰੂ ਜੀ ਤਾਂ ਉਸ ਦੇ ਉੱਪਰ ਬੈਠੇ ਸਨ। ਸੋ ਇਸ ਪ੍ਰਕਾਰ ਆਪ ਜੀ ਨੂੰ ਜੋ ਸੀਸ ਦੇ ਉੱਪਰ ਜਿਹੜਾ ਗਰਮ ਰੇਤਾ ਹੈ ਉਹ ਵੀ ਪਾਇਆ ਗਿਆ। ਸੋ ਇਸ ਪ੍ਰਕਾਰ ਜਦੋਂ ਬੇਅੰਤ ਐਸੇ ਤਸੀਹੇ ਦਿੱਤੇ ਗਏ, ਉਸ ਤੋਂ ਬਾਅਦ ਜਿਵੇਂ ਪਾਵਨ ਇਤਿਹਾਸ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਇਹਨਾਂ ਤਸੀਹਿਆਂ ਦੇਣ ਤੋਂ ਬਾਅਦ ਜੋ ਆਪ ਜੀ ਨੇ ਪਾਵਨ ਅੰਤਿਮ ਇਸ਼ਨਾਨ ਕੀਤਾ ਉਸ ਦਾ ਜ਼ਿਕਰ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਪਾਵਨ ਇਤਿਹਾਸ ਦੇ ਅੰਦਰ ਕੀਤਾ ਹੈ ਕਿ ਆਪ ਜੀ ਦੇ ਨਾਲ ਜਿਹੜੇ ਗਏ ਮੁੱਖ ਰੂਪ ਦੇ ਅੰਦਰ ਪੰਜ ਗੁਰਸਿੱਖ ਸਨ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਲੰਗਾਹਾ ਜੀ ਔਰ ਭਾਈ ਪੈੜਾ ਜੀ। ਇਹਨਾਂ ਪੰਜ ਗੁਰਸਿੱਖਾਂ ਨੇ ਸਤਿਗੁਰਾਂ ਤੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ ਔਰ ਫਿਰ ਨਾਲ ਆਪ ਰਲ ਕੇ ਜੋ ਪਾਠ ਹੈ ਉਸ ਨੂੰ ਕਰਨਾ ਕੀਤਾ। ਸੋ ਇਸ ਪ੍ਰਕਾਰ ਚੰਦੂ ਨੇ ਫਿਰ ਵੀ ਇੱਕ ਵਾਰ ਪੁੱਛਿਆ ਸੀ ਕਿ ਜਾਂ ਤਾਂ ਆਪ ਜਿਹੜਾ ਧਰਮ ਦੀਨ ਹੈ ਉਸ ਨੂੰ ਕਬੂਲ ਲੈਣਾ ਕਰੋ, ਜਾਂ ਫਿਰ ਆਪ ਜੀ ਜੋ ਪਾਵਨ ਗੁਰਬਾਣੀ ਦੇ ਅੰਦਰ ਜਿਹੜੀ ਮੁਹੰਮਦ ਸਾਹਿਬ ਦੀ ਸਿਫਤ ਹੈ ਉਸ ਨੂੰ ਲਿਖ ਲੈਣਾ ਕਰੋ, ਅਤੇ ਜਾਂ ਫਿਰ ਮੇਰੀ ਜੋ ਲੜਕੀ ਸਦਾ ਕੌਰ ਹੈ ਉਸ ਦਾ ਰਿਸ਼ਤਾ ਲੈ ਲੈਣਾ ਕਰੋ ਅਤੇ ਤੁਹਾਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਕਿਉਂਕਿ ਸ਼ਹੀਦ ਇੱਕ ਐਸਾ ਲਫ਼ਜ਼ ਹੈ ਜਿੱਥੇ ਸੌਦੇਬਾਜ਼ੀ ਕਰਕੇ ਆਪਣੀ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਸ਼ਹੀਦ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ, ਸਰੀਰ ਦੀ ਬਜਾਏ ਜਿਹੜੇ ਉਸ ਦੇ ਜਿਹੜੇ ਨਿਯਮ ਹਨ, ਜਿਹੜੇ ਕਾਨੂੰਨ ਹਨ ਜੋ ਉਸ ਦੇ ਧਰਮ ਦੇ ਪੈਰੋਕਾਰਾਂ ਵੱਲੋਂ ਬਣਾਏ ਗਏ ਨੇ ਉਹਨਾਂ ਦੀ ਪਾਲਣਾ ਕਰਦਿਆਂ ਹੋਇਆਂ ਸ਼ਹੀਦ ਹੋ ਜਾਣਾ, ਐਸੇ ਮਨੁੱਖ ਨੂੰ ਅਸੀਂ ਸ਼ਹਾਦਤ ਪੀਣ ਵਾਲਾ ਸ਼ਹੀਦ ਆਖਦੇ ਹਾਂ। ਸੋ ਇਸ ਪ੍ਰਕਾਰ ਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਦਿੱਤੇ ਹੋਏ ਲਾਲਚਾਂ ਨੂੰ ਠੁਕਰਾ ਦਿੱਤਾ ਅਤੇ ਉਸ ਤੋਂ ਬਾਅਦ ਆਪ ਜੀ ਨੇ ਜੋ ਅੰਤਿਮ ਇਸ਼ਨਾਨ ਕਰਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਵਨ ਜੋ ਪਾਠ ਕਰਕੇ ਆਪਣਾ ਪੰਜ ਭੌਤਿਕ ਜੋ ਸਰੀਰ ਸੀ ਉਸ ਨੂੰ ਤਿਆਗ ਦਿੱਤਾ। ਸੋ ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਪੁਨਹ ਚਾਹਿਓ ਸੱਚਖੰਡ ਸਿਧਾਰਾ ਕਿ ਜਦੋਂ ਆਪ ਜੀ ਦਾ ਫੁਰਨਾ ਹੋਇਆ
कि हुण इस संसार तों अपना पंज भौतिक शरीर त्याग करके जो सचखंड पयान है उस दे विच चले जाना है। सो इस प्रकार प्रिंसिपल गंगा सिंह जी ने भी अपने शब्दों के अंदर उस वेले दे हाल नूं वर्णन किया है कि चारों तरफ अग बरसे सेक सी तन साड़ दा, छाले छाले हो गया तन सच्ची सरकार दा, साई मियाँ मीर डिठा हाल आ जद यार दा, हो व्याकुल रो पिया ते चीक ताही मार दा, सुन सतगुर कहा मियाँ छोड़ो प्रीति चाम से, क्या हुआ तन जल रहा हम शांत हैं हरी नाम से। सो इस प्रकार इन्हां ही बचना नूं साहिब श्री गुरु ग्रंथ साहिब महाराज जी की पावन बाणी के अंदर भी ये बचन आते ने कि कल ताती ठंडा हर नाओ, सिमर सिमर सदा सुख पाओ। जां पावन बाणी के अंदर ये भी बचन आते ने कि चंदन चांदना सरद रुत, मूल न मिटई घाम, शीतल थीवै नानका जपंदड़ो हर नाम। सो इस प्रकार साहिब श्री गुरु अर्जन देव महाराज जी ने अपनी जो लासानी शहीदी है उस नूं दिता, जिस तों बाद साहिब श्री गुरु हरगोबिंद साहिब महाराज जी ने जिहड़ियां मुगलां दियां जिहड़ां जड़ां सन उन्हां नूं उखाड़ के रख दिता। सो इस प्रकार शहीदी दी बाबत बेअंत ऐसे विद्वान महापुरखां ने बचन लिखे ने। जिवें एक विद्वान ने बड़े सुंदर बचन लिखे हन कि जिहड़े शहीदां दी मौत हुंदी है वो बड़ी एक अपने आप दे विच बड़ी महानता रखती है कि शहीद की जो मौत है वो कौम की हयात है, कि जिहड़ी शहीद अपनी शहीदी दिंदे ने, जिहड़ा शहीदी जाम पींदे ने, ये कौमां दी हयात जिंदगी हुंदी है। शहीद की जो मौत है वो कौम की हयात है, हयात तो हयात है वो मौत भी हयात है। कहिंदे उहदी जिहड़ी जिंदगी है वो तां इस अपने धर्म नूं देश कौम नूं जिहड़ी जिंदगी प्रदान करदी है, जिहड़ी उहनां दी मौत हुंदी है शहीदी हुंदी है वो भी आखर दे विच देश कौम नूं एक नवीं जिंदगी देण वाली है। जां फिर होर किसे कवी दे बचन आउंदे ने कि शहीदों की कतलगाह से क्या बेहतर काबा, शहीदों की खाक पे तो खुदा भी कुर्बान होता है, कि परमेश्वर वाहिगुरु भी जिहड़े शहीद हन उन्हां तों कुर्बान जांदा है। सो इस प्रकार ऐसे जिहड़े महान धन शांति दे पुंज शहीदां दे सरताज साहिब श्री गुरु अर्जन देव महाराज जी दी पावन शहीदी होई। सो इस प्रकार आप जी दी महिमा करदिआं होइआं संत गुरबचन सिंह जी महापुरखां ने भी बचन लिखे हन कि गुर करनी कीरत अधिक बरनी मूल न जाहे, धन गुरु अर्जन हरी वसो हृदय मम चाहे, जन्म मरण ते रहत गुर दुख सुख ते आतीत, सदा एक रस खोब बिन व्यापक अद्वै नीत। सो इस प्रकार ये बचन आए ने। सो जिस प्रकार भाई संतोख सिंह जी अगे बचन लिखते हैं, श्रवण करना करिए जी। दोहरा खोड़ सत 63 अधिक। इस प्रकार साहिब श्री गुरु अर्जन देव महाराज जी ने 1663 बिक्रमी दे विच। सो इस प्रकार सुदी चौथ दिन मह गुरु कीन बकुंठ पयान, कि आप जी ने जेठ महीने दी सुदी पक्ति जिहड़ी चौथी थित सी उस दिन आप जी ने इस मात लोक तों परमेश्वर वाहिगुरु दे अंदर जो ज्योति स्वरूप है उस दे अंदर आप दी जिहड़ी जोत है उस नूं समा लैणा कीता। सो उस तों बाद साहिब श्री गुरु हरगोबिंद साहिब महाराज जी जो आप जी दे सपुत्र सन उन्हां दा गुरगद्दी समा आया और उन्हां ने बेअंत जिहड़े गुरसिक्खी दे अंदर सुधार लै के आंदे और जिहड़े दुष्ट सन उन्हां नूं सोधा लाया। सो इस प्रकार साहिब श्री गुरु अर्जन देव महाराज जी दे पावन गुरबाणी दे अंदर 2313 शब्द 30 रागां दे विच अंकित हन, जिन्हां दे विचों मुख बाणी श्री सुखमनी साहिब 12 माह मांझ राग दे अंदर और श्लोक सहस्कृति बसंत की वार 52 अखरी जयश्री की वार और एक राग माला जो पावन आदि श्री गुरु ग्रंथ साहिब महाराज जी की बाणी के अंदर अखीर दे विच अंकित है वो आप जी ने महान रचना रची।
ਸੋ ਇਸ ਪ੍ਰਕਾਰ ਆਪ ਜੀ ਦੀ ਜਿਹੜੀ ਇਹ ਮਹਾਨ ਜੋ ਸ਼ਹੀਦੀ ਹੋਈ, ਜਿਸ ਨੂੰ ਆਪਾਂ ਪੜ੍ਹ ਸੁਣ ਕਰਕੇ ਔਰ ਅੱਗੇ ਆਪਾਂ ਆਪਣੇ ਗੁਰਸਿੱਖਾਂ ਨੂੰ ਦੱਸ ਕਰਕੇ ਕਿ ਸਾਡੇ ਐਸੇ ਮਹਾਨ ਗੁਰਸਿੱਖ, ਮਹਾਨ ਗੁਰੂ ਸਾਹਿਬਾਨ ਹੋਏ ਨੇ ਜਿਨ੍ਹਾਂ ਨੇ ਐਸੀਆਂ ਐਸੀਆਂ ਸ਼ਹਾਦਤਾਂ ਦੇ ਜਾਮ ਪੀਤੇ, ਅਸੀਂ ਉਹਨਾਂ ਦੇ ਹੀ ਅੱਗੇ ਵਾਰਸ ਹਾਂ, ਉਹਨਾਂ ਦੇ ਹੀ ਅਸੀਂ ਸਪੁੱਤਰ ਹਾਂ। ਇਸ ਲਈ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਹ ਜਿਹੜੀਆਂ ਕਹਾਣੀਆਂ ਹਨ ਗੁਰੂ ਪਿਤਾ ਦੀਆਂ, ਇਹ ਸਾਨੂੰ ਪੁੱਤਰਾਂ ਤੋਂ ਸਪੁੱਤਰ, ਸ੍ਰੇਸ਼ਟ ਪੁੱਤਰ ਬਣਾਉਣ ਵਾਲੇ ਹਨ। ਸੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਸਾਡਾ ਜੀਵਨ ਗੁਰਸਿੱਖੀ ਵਾਲਾ ਬਣ ਸਕੇ, ਸਾਡਾ ਲੋਕ ਸੁਖੀਆ ਪਰਲੋਕ ਸੁਹੀਲਾ ਹੋ ਸਕੇ। ਬਚਨ ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।